ਅੱਜ ਔਰਤ ਨੂੰ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਦਰਜਾ ਦਿੱਤਾ ਜਾ ਰਿਹਾ, ਚਾਹੇ ਉਹ ਕੋਈ ਵੀ ਕਿੱਤਾ ਹੋਵੇ। ਅੱਜ ਲੜਕੀਆਂ ਮੁੰਡਿਆਂ ਦੇ ਬਰਾਬਰ ਹਰ ਫੀਲਡ 'ਚ ਕੰਮ ਕਰ ਰਹੀਆਂ ਹਨ, ਪਰ ਅੱਜ ਵੀ ਕੁਝ ਔਰਤਾਂ ਅਜਿਹੀਆਂ ਨੇ ਜੋ ਪਰਿਵਾਰ ਦੀ ਆਰਥਿਕ ਮੰਦੀ ਦੀ ਵਜ੍ਹਾ ਨਾਲ ਪੜ ਨਹੀਂ ਪਾਉਂਦੀਆਂ ਤੇ ਬਾਕੀ ਔਰਤਾਂ ਤੋਂ ਪਿੱਛੇ ਰਹਿ ਜਾਂਦੀਆਂ ਨੇ। ਪਰ ਜ਼ਿਲ੍ਹਾ ਪਠਾਨਕੋਟ ਦੀ ਇੱਕ ਧੀ ਨੇ ਅਜਿਹੀਆਂ ਹੀ ਘੱਟ ਪੜ੍ਹੀਆਂ ਲਿਖੀਆਂ ਔਰਤਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਸੜਕਾਂ 'ਤੇ ਆਟੋ ਚਲਾ ਕੇ। ਦੱਸਦੇ ਚੱਲੀਏ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੀ ਰਹਿਣ ਵਾਲੀ ਇਸ ਧੀ ਦਾ ਨਾਂ ਅਨੂ ਸ਼ਰਮਾ ਹੈ, ਜੋ ਕਿ ਪਰਿਵਾਰਕ ਹਾਲਾਤਾਂ ਨੂੰ ਵੇਖਦੇ ਹੋਏ ਪਰਿਵਾਰ ਦੀ ਮਦਦ ਕਰਨ ਅਤੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਵਡਮੁੱਲਾ ਯੋਗਦਾਨ ਦੇ ਰਹੀ ਹੈ। ਇਸ ਸੰਬੰਧੀ ਜਦ ਇਸ ਧੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ 2 ਬੱਚੇ ਨੇ। ਮਹਿੰਗਾਈ ਦੇ ਇਸ ਦੌਰ ਦੇ ਵਿੱਚ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਸੀ, ਜਿਸ ਵਜ੍ਹਾ ਨਾਲ ਉਹਨਾਂ ਘਰੋਂ ਬਾਹਰ ਨਿਕਲ ਪਰਿਵਾਰ ਪ੍ਰਤੀ ਆਪਣਾ ਯੋਗਦਾਨ ਦੇਣ ਦਾ ਸੋਚਿਆ, ਜਿਸ ਦਾ ਪਰਿਵਾਰ ਨੇ ਵੀ ਸਾਥ ਦਿੱਤਾ ਤੇ ਹੁਣ ਆਟੋ ਚਲਾ ਪਰਿਵਾਰ ਦੀ ਆਰਥਿਕ ਮਦਦ 'ਚ ਆਪਣਾ ਯੋਗਦਾਨ ਦੇ ਰਹੀ ਹੈ। ਇਸ ਮੌਕੇ ਉਹਨਾਂ ਨੇ ਔਰਤਾਂ ਨੂੰ ਵੀ ਸੁਨੇਹਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਇਸ ਲਈ ਘਰ ਬੈਠੇ ਕਿਸਮਤ ਨੂੰ ਕੋਸਣ ਦੀ ਬਜਾਏ ਘਰੋਂ ਬਾਹਰ ਨਿਕਲੋ ਅਤੇ ਕੁਝ ਕਰਕੇ ਵਿਖਾਓ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਘਰ ਪਹਿਲੇ ਬਹੁਤ ਜ਼ਿਆਦਾ ਗਰੀਬੀ ਸੀ ਅਤੇ ਇੱਕ ਟਾਈਮ ਰੋਟੀ ਬਣਦੀ ਸੀ ਅਤੇ 3 ਟਾਈਮ ਨਹੀਂ ਖਾਂਦੇ ਸੀ, ਸਵੇਰ ਤੱਕ ਵੀ ਕਈ ਵਾਰ ਖਾ ਲੈਂਦੇ ਸੀ। ਇੰਨੀ ਕੁ ਗਰੀਬੀ ਨਾ, ਬਹੁਤ ਗਰੀਬੀ ਦੇਖੀ ਹੈ, ਬਹੁਤ ਬੁਰਾ ਹਾਲ ਸੀ ਸਾਡਾ। ਪਰ ਇਹ ਹੈ ਕਿ ਚਲੋ ਥੋੜ੍ਹਾ ਮੈਂ ਵੀ ਸਕੂਲ 'ਚ ਲੱਗੀ ਸੀ, ਪੈਸੇ ਜੋੜੇ, ਆਟੋ ਲਿਆ, ਡਾਊਨ ਪੇਮੈਂਟ ਦਿੱਤੀ, ਉਸ ਤੋਂ ਬਾਅਦ ਮਤਲਬ ਕਿ ਕਿਸ਼ਤਾਂ ਦੇ ਕਰ ਲਿਆ। ਹੁਣ ਤਾਂ ਠੀਕ ਹੈ ਥੋੜ੍ਹੇ। ਉਹਨਾਂ ਦੀ ਇਨਕਮ ਬਹੁਤ ਥੋੜ੍ਹੀ ਸੀ ਕਿਉਂਕਿ ਸਬਜ਼ੀ ਦਾ ਕੰਮ ਹੈ, ਕਿਸੇ ਵੇਲੇ ਖਰਾਬ ਵੀ ਹੋ ਜਾਂਦੀ ਹੈ, ਕਿਸੇ ਵੇਲੇ ਤੁਹਾਨੂੰ ਪਤਾ ਗਾਈਆਂ ਵਗੈਰਾ ਵੀ ਖਾ ਜਾਂਦੀ ਹੈ, ਸਬਜ਼ੀ ਨੁਕਸਾਨ ਹੋ ਜਾਂਦਾ। ਹੁਣ ਥੋੜ੍ਹੇ ਠੀਕ ਹੈ। ਕੀ ਕਹਿਣਾ ਚਾਹੋਗੇ? ਕਈ ਲੜਕੀਆਂ ਜਿਹੜੀਆਂ ਬਾਹਰ ਨਹੀਂ ਨਿਕਲਦੀਆਂ ਜਾਂ ਕੰਮਾਂ ਕਾਰਾਂ ਦੇ ਵਿੱਚ ਸ਼ਰਮ ਕਰਦੀਆਂ ਨੇ, ਉਹਨਾਂ ਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਬਾਹਰ ਨਿਕਲ ਕੇ। ਹਾਂ ਵੀ ਮਾਂ ਪਿਓ ਦਾ ਹੱਥ ਵਡਾਉਣਾ ਚਾਹੀਦਾ ਅਤੇ ਉਹਨਾਂ ਨੂੰ ਇਹ ਪ੍ਰੇਰਣਾ ਦਾਂਗੀ ਨਿਕਲ ਕੇ ਆਪਣੇ ਥੋੜ੍ਹਾ ਪੈਰਾਂ 'ਤੇ ਸਟੈਂਡ ਹੋ ਅਤੇ ਘਰ ਵਾਲੇ ਦੀ ਵੀ ਥੋੜ੍ਹੀ ਸਪੋਰਟ ਹੋ ਸਕੇ। ਹਾਂਜੀ, ਚਲੋ ਬਹੁਤ ਵਧੀਆ ਗੱਲ ਹੈ, ਸਾਡੇ ਵਾਸਤੇ ਵੀ ਬਹੁਤ ਗਰਵ ਦੀ ਗੱਲ ਹੈਗੀ ਹੈ ਕਿਉਂਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਇੱਕ ਪਹਿਲੀ ਲੇਡੀਜ਼ ਹੈ ਜਿਹਨੇ ਮੁੱਦਾ ਚੁੱਕਿਆ, ਮਿਹਨਤ ਕਰਨਾ ਜਾਣਦੀ ਹੈ, ਕਿਸੇ 'ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦੀ, ਆਟੋ ਚਲਾ ਕੇ ਆਪਣੇ ਪਰਿਵਾਰ ਦਾ ਅਤੇ ਆਪਣਾ ਗੁਜ਼ਾਰਾ ਚਲਾਉਂਦੀ ਰਹੀ ਹੈ। ਅਤੇ ਮੈਂ ਤਾਂ ਚਲੋ ਇੱਕ ਗੱਲ ਦੁਬਾਰਾ ਕਹਿਣਾ ਚਾਹੁੰਦਾ, ਉਹਨੂੰ ਹਿੰਦੁਸਤਾਨ ਦੀ ਨਾਰੀ ਸ਼ਕਤੀ ਜਿਹੜੀ ਜਾਗ ਚੁੱਕੀ ਹੈ, ਉਹ ਮਿਹਨਤ ਕਰਕੇ ਆਪਣਾ ਪਰਿਵਾਰ ਆਪਣਾ ਹਰ ਤਰ੍ਹਾਂ ਦੀ ਬਲਕਿ ਤਰੱਕੀ ਕਰਕੇ ਮੁਕਾਮ ਹਾਸਿਲ ਕਰ ਸਕਦੀ ਹੈ। ਹੁਣ ਵੀ ਕਈ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ, ਲੜਕੀਆਂ ਨੂੰ ਖਾਸ ਕਰ, ਬਾਹਰ ਨਹੀਂ ਜਾਣ ਦਿੰਦੇ। ਜਿਹੜੇ ਬਾਹਰ ਨਹੀਂ ਜਾਣ ਦਿੰਦੇ ਉਹ ਮਾਤਾ ਪਿਤਾ ਦੀ ਸੋਚ ਕੁਝ ਹੋਰ ਹਿਸਾਬ ਦੀ ਹੈ, ਹੁਣ ਤਾਂ ਚਲੋ ਆਪਣੇ ਸਰਕਾਰਾਂ ਵੀ ਇਹ ਕਹਿੰਦੀਆਂ ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਪੜ੍ਹੇ ਲਿਖੇਗੀ ਅਤੇ ਅੱਗੇ ਵਧੇਗੀ। ਹੁਣ ਜਿਹੜੇ ਤਾਂ ਵਿਚਾਰੇ ਜਿਹਦੇ ਮਾਤਾ ਪਿਤਾ ਕੋਲ ਪੈਸਾ ਖਰਚ ਖੁੱਲ੍ਹਿਆ ਹੈਗਾ, ਪੜ੍ਹਾ ਲਿਖਾ ਕੇ ਅੱਗੇ ਵਧਾ ਲੈਂਦੇ ਆ, ਉਹਨਾਂ ਦੀ ਚਲੋ ਕੋਈ ਪਰਸਨਲੀ ਪ੍ਰੋਬਲਮ ਹੋ ਗਈ ਕੁੜੀ ਦੀ ਵਿਚਾਰੀ ਦੀ, ਲੈ ਵੀ ਇਹਦੇ ਕੋਲ ਪੈਸੇ ਧੇਲੇ ਦੇ ਕੰਮ ਨਹੀਂ ਪੜ੍ਹ ਸਕੀ, ਨਹੀਂ ਅੱਗੇ ਜਾ ਸਕੀ, ਕਿਤੇ ਦਫ਼ਤਰੀ ਕਾਰੋਬਾਰ ਨਹੀਂ ਮਿਲਿਆ, ਅਤੇ ਬਹੁਤ ਹੀ ਵਧੀਆ ਇਹਨੇ ਆਪਣਾ ਗੁਜ਼ਾਰਾ ਲੱਭ ਲਿਆ, ਆਟੋ ਲੈ ਕੇ ਆਪਣਾ ਚਲਾ ਰਹੀ ਹੈ ਅਤੇ ਪਰਿਵਾਰ ਦਾ ਅਤੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮੈਂ ਤਾਂ ਕਹਿੰਦਾ ਇਹਦੇ ਵੱਲ ਦੇਖ ਕੇ ਕੁਝ ਲੜਕਿਆਂ ਨੂੰ ਸ਼ਿਕਸ਼ਾ ਮਿਲਣੀ ਚਾਹੀਦੀ ਹੈ, ਉਹ ਵੀ ਵਧੀਆ ਤਰੀਕੇ ਨਾਲ ਕਾਰੋਬਾਰ ਕਰਨ, ਉੱਧਰ ਉੱਧਰ ਵਿਹਲੇ ਨਾ ਫਿਰਨ, ਆਪਣਾ ਕਾਰੋਬਾਰ ਕਰਕੇ। ਜੇਕਰ ਹਰ ਲੜਕੀ ਜਾਂ ਹਰ ਬੰਦਾ ਇੱਦਾਂ ਦੀ ਮਿਹਨਤ ਕਰਨਾ ਚਾਹੇ, ਸਾਡਾ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਬਣ ਸਕਦਾ। ਅੱਜ ਔਰਤ ਨੂੰ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਦਰਜਾ ਦਿੱਤਾ ਜਾ ਰਿਹਾ, ਚਾਹੇ ਉਹ ਕੋਈ ਵੀ ਕਿੱਤਾ ਹੋਵੇ। ਅੱਜ ਲੜਕੀਆਂ ਮੁੰਡਿਆਂ ਦੇ
ਬਰਾਬਰ ਹਰ ਫੀਲਡ 'ਚ ਕੰਮ ਕਰ ਰਹੀਆਂ ਹਨ, ਪਰ ਅੱਜ ਵੀ ਕੁਝ ਔਰਤਾਂ ਅਜਿਹੀਆਂ ਨੇ ਜੋ ਪਰਿਵਾਰ ਦੀ ਆਰਥਿਕ ਮੰਦੀ ਦੀ ਵਜ੍ਹਾ ਨਾਲ ਪੜ੍ਹ ਨਹੀਂ ਪਾਉਂਦੀਆਂ ਤੇ ਬਾਕੀ ਔਰਤਾਂ ਤੋਂ ਪਿੱਛੇ ਰਹਿ ਜਾਂਦੀਆਂ ਨੇ। ਪਰ ਜ਼ਿਲ੍ਹਾ ਪਠਾਨਕੋਟ ਦੀ ਇੱਕ ਧੀ ਨੇ ਅਜਿਹੀਆਂ ਹੀ ਘੱਟ ਪੜ੍ਹੀਆਂ ਲਿਖੀਆਂ ਔਰਤਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਸੜਕਾਂ ਤੇ ਆਟੋ ਚਲਾ ਕੇ। ਦੱਸਦੇ ਚੱਲੀਏ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੀ ਰਹਿਣ ਵਾਲੀ ਇਸ ਧੀ ਦਾ ਨਾਂ ਅਨੂ ਸ਼ਰਮਾ ਹੈ, ਜੋ ਕਿ ਪਰਿਵਾਰਕ ਹਾਲਾਤਾਂ ਨੂੰ ਵੇਖਦੇ ਹੋਏ ਪਰਿਵਾਰ ਦੀ ਮਦਦ ਕਰਨ ਅਤੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਵਡਮੁੱਲਾ ਯੋਗਦਾਨ ਦੇ ਰਹੀ ਹੈ। ਇਸ ਸੰਬੰਧੀ ਜਦ ਇਸ ਧੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਦੋ ਬੱਚੇ ਨੇ। ਮਹਿੰਗਾਈ ਦੇ ਇਸ ਦੌਰ ਦੇ ਵਿੱਚ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਸੀ, ਜਿਸ ਵਜ੍ਹਾ ਨਾਲ ਉਹਨਾਂ ਘਰੋਂ ਬਾਹਰ ਨਿਕਲ ਪਰਿਵਾਰ ਪ੍ਰਤੀ ਆਪਣਾ ਯੋਗਦਾਨ ਦੇਣ ਦਾ ਸੋਚਿਆ, ਜਿਸ ਦਾ ਪਰਿਵਾਰ ਨੇ ਵੀ ਸਾਥ ਦਿੱਤਾ ਤੇ ਹੁਣ ਆਟੋ ਚਲਾ ਪਰਿਵਾਰ ਦੀ ਆਰਥਿਕ ਮਦਦ 'ਚ ਆਪਣਾ ਯੋਗਦਾਨ ਦੇ ਰਹੀ ਹੈ। ਇਸ ਮੌਕੇ ਉਹਨਾਂ ਨੇ ਔਰਤਾਂ ਨੂੰ ਵੀ ਸੁਨੇਹਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਇਸ ਲਈ ਘਰ ਬੈਠੇ ਕਿਸਮਤ ਨੂੰ ਕੋਸਣ ਦੀ ਬਜਾਏ ਘਰੋਂ ਬਾਹਰ ਨਿਕਲੋ ਅਤੇ ਕੁਝ ਕਰਕੇ ਵਿਖਾਓ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਘਰ ਪਹਿਲੇ ਬਹੁਤ ਜ਼ਿਆਦਾ ਗਰੀਬੀ ਸੀ ਅਤੇ ਇੱਕ ਟਾਈਮ ਰੋਟੀ ਬਣਦੀ ਸੀ ਅਤੇ ਤਿੰਨ ਟਾਈਮ ਨਹੀਂ ਖਾਂਦੇ ਸੀ, ਸਵੇਰ ਤੱਕ ਵੀ ਕਈ ਵਾਰ ਖਾ ਲੈਂਦੇ ਸੀ। ਇੰਨੀ ਕੁ ਗਰੀਬੀ ਨਾ, ਬਹੁਤ ਗਰੀਬੀ ਦੇਖੀ ਹੈ, ਬਹੁਤ ਬੁਰਾ ਹਾਲ ਸੀ ਸਾਡਾ। ਪਰ ਇਹ ਹੈ ਕਿ ਚਲੋ ਥੋੜ੍ਹਾ ਮੈਂ ਵੀ ਸਕੂਲ 'ਚ ਲੱਗੀ ਸੀ, ਪੈਸੇ ਜੋੜੇ, ਆਟੋ ਲਿਆ, ਡਾਊਨ ਪੇਮੈਂਟ ਦਿੱਤੀ, ਉਸ ਤੋਂ ਬਾਅਦ ਮਤਲਬ ਕਿ ਕਿਸ਼ਤਾਂ ਦੇ ਕਰ ਲਿਆ। ਹੁਣ ਤਾਂ ਠੀਕ ਹੈ ਥੋੜ੍ਹੇ। ਸ਼ਰਮ ਨਹੀਂ ਕਰਨੀ ਚਾਹੀਦੀ ਬਾਹਰ ਨਿਕਲ ਕੇ, ਹਾਂ ਵੀ ਮਾਂ ਪਿਓ ਦਾ ਹੱਥ ਵਡਾਉਣਾ ਚਾਹੀਦਾ ਤੇ ਉਹਨਾਂ ਨੂੰ ਇਹ ਪ੍ਰੇਰਨਾ ਦਾਂਗੀ ਨਿਕਲ ਕੇ ਆਪਣੇ ਥੋੜਾ ਪੈਰਾਂ ਤੇ ਸਟੈਂਡ ਹੋ ਤੇ ਘਰ ਵਾਲੇ ਦੀ ਵੀ ਥੋੜੀ ਸਪੋਰਟ ਹੋ ਸਕੇ। ਹਾਂਜੀ, ਕੀ ਨਾਮ ਜੀ? ਨਾਮ ਜੀ ਤੁਹਾਡਾ? ਇਹ ਆਦਤ ਤੋਂ ਮੇਰਾ ਨਾਮ ਦਰਸ਼ਨ ਕੁਮਾਰ ਆ। ਦਰਸ਼ਨ ਜੀ, ਕੀ ਕਹਿਣਾ ਚਾਹੋਗੇ ਜੀ? ਨਾ ਦੇਖਿਆ ਕਿ ਇਹ ਪਠਾਨਕੋਟ ਦੀ ਲੱਗੀ ਹੈਗੀ ਹੈ, ਜ਼ਿਲ੍ਹਾ ਪਠਾਨਕੋਟ ਦੇ ਆਟੋ ਚਲਾ ਰਹੀ ਹੈ, ਮਿਸਾਲ ਬੰਦੀ ਵੀ ਦੂਜਿਆਂ ਦੇ। ਹਾਂਜੀ, ਚਲੋ ਬਹੁਤ ਵਧੀਆ ਗੱਲ ਹੈ, ਸਾਡੇ ਵਾਸਤੇ ਵੀ ਬਹੁਤ ਗਰਵ ਦੀ ਗੱਲ ਹੈਗੀ ਹੈ ਕਿਉਂਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਇੱਕ ਪਹਿਲੀ ਲੇਡੀਜ਼ ਹੈ ਜਿਹਨੇ ਮੁੱਦਾ ਚੁੱਕਿਆ, ਮਿਹਨਤ ਕਰਨਾ ਜਾਣਦੀ ਹੈ, ਕਿਸੇ 'ਤੇ ਡਿਪੈਂਡੈਂਟ ਰਹਿਣਾ ਚਾਹੁੰਦੀ, ਆਟੋ ਚਲਾ ਕੇ ਆਪਣੇ ਪਰਿਵਾਰ ਦਾ ਅਤੇ ਆਪਣਾ ਗੁਜ਼ਾਰਾ ਚਲਾਉਂਦੀ ਰਹੀ ਹੈ। ਅਤੇ ਮੈਂ ਤਾਂ ਚਲੋ ਇੱਕ ਗੱਲ ਦੁਬਾਰਾ ਕਹਿਣਾ ਚਾਹੁੰਦਾ, ਉਹਨੂੰ ਹਿੰਦੁਸਤਾਨ ਦੀ ਨਾਰੀ ਸ਼ਕਤੀ ਜਿਹੜੀ ਜਾਗ ਚੁੱਕੀ ਹੈ, ਉਹ ਮਿਹਨਤ ਕਰਕੇ ਆਪਣਾ ਪਰਿਵਾਰ ਆਪਣਾ ਹਰ ਤਰ੍ਹਾਂ ਦੀ ਬਲਕਿ ਤਰੱਕੀ ਕਰਕੇ ਮੁਕਾਮ ਹਾਸਿਲ ਕਰ ਸਕਦੀ ਹੈ। ਹੁਣ ਵੀ ਕਈ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ, ਲੜਕੀਆਂ ਨੂੰ ਖਾਸ ਕਰ, ਬਾਹਰ ਨਹੀਂ ਜਾਣ ਦਿੰਦੇ। ਜਿਹੜੇ ਬਾਹਰ ਨਹੀਂ ਜਾਣ ਦਿੰਦੇ ਉਹ ਮਾਤਾ ਪਿਤਾ ਦੀ ਸੋਚ ਕੁਝ ਹੋਰ ਹਿਸਾਬ ਦੀ ਹੈ, ਹੁਣ ਤਾਂ ਚਲੋ ਆਪਣੇ ਸਰਕਾਰਾਂ ਵੀ ਇਹ ਕਹਿੰਦੀਆਂ ਹੈ ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਪੜ੍ਹੇ ਲਿਖੇਗੀ ਅਤੇ ਅੱਗੇ ਵਧੇਗੀ। ਹੁਣ ਜਿਹੜੇ ਤਾਂ ਵਿਚਾਰੇ ਜਿਹਦੇ ਮਾਤਾ ਪਿਤਾ ਕੋਲ ਪੈਸਾ ਖਾਤ ਖੁੱਲ੍ਹਿਆ ਹੈਗਾ, ਪੜ੍ਹਾ ਲਿਖਾ ਕੇ ਅੱਗੇ ਵਧਾ ਲੈਂਦੇ ਆ, ਉਹਨਾਂ ਦੀ ਚਲੋ ਕੋਈ ਪਰਸਨਲੀ ਪ੍ਰੋਬਲਮ ਹੋ ਗਈ ਕੁੜੀ ਦੀ ਵਿਚਾਰੀ ਦੀ, ਲੈ ਵੀ ਇਹਦੇ ਕੋਲੋਂ ਪੈਸੇ ਧੇਲੇ ਦੇ ਕੰਮ ਨਹੀਂ ਪੜ੍ਹ ਸਕੀ, ਨਹੀਂ ਅੱਗੇ ਜਾ ਸਕੀ, ਕਿਤੇ ਦਫ਼ਤਰੀ ਕਾਰੋਬਾਰ ਨਹੀਂ ਮਿਲਿਆ, ਅਤੇ ਬਹੁਤ ਹੀ ਵਧੀਆ ਇਹਨੇ ਆਪਣਾ ਗੁਜ਼ਾਰਾ ਲੱਭ ਲਿਆ, ਆਟੋ ਲੈ ਕੇ ਆਪਣਾ ਚਲਾ ਰਹੀ ਹੈ ਅਤੇ ਪਰਿਵਾਰ ਦਾ ਅਤੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮੈਂ ਤਾਂ ਕਹਿੰਦਾ ਇਹਦੇ ਵੱਲ ਦੇਖ ਕੇ ਕੁਝ ਲੜਕਿਆਂ ਨੂੰ ਸ਼ਿਕਸ਼ਾ ਮਿਲਣੀ ਚਾਹੀਦੀ ਹੈ, ਉਹ ਵੀ ਵਧੀਆ ਤਰੀਕੇ ਨਾਲ ਕਾਰੋਬਾਰ ਕਰਨ, ਉੱਧਰ ਉੱਧਰ ਵਿਹਲੇ ਨਾ ਫਿਰਨ, ਆਪਣਾ ਕਾਰੋਬਾਰ ਕਰਕੇ। ਜੇਕਰ ਹਰ ਲੜਕੀ ਜਾਂ ਹਰ ਬੰਦਾ ਇੱਦਾਂ ਦੀ ਮਿਹਨਤ ਕਰਨਾ ਚਾਹੇ, ਸਾਡਾ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਬਣ ਸਕਦਾ।